अगर आपने हमारे चैनल को सब्सक्राइब नहीं किया है तो इसे सब्सक्राइब कर लें। गिद्दड़बाहा में शुगर के मरीजों के परिवारों की समाज सेवियों के साथ साथ एनआरआई की ओर से भी मदद पहुंचनी शुरू हो गई है। एनआरआई की ओर से पारिवारिक सदस्यों को जरूरत का सामान देकर उनकी सहायता की जा रही है। गांव प्योरी के रहने वाले नंबरदार लखा सिंह व उनके सहयोगिया की ओर से गिद्दड़बाहा पहुँच करके शुगर की बीमारी से ग्रस्त मरीज जो की गरीबी की हालत में किराए के मकान में रह रहे हैं की मदद के लिए एनआरआई को भी आगे आकर मदद करने की अपील की गई है। ਤੇ ਮੇਰੇ ਮਾਮਾ ਜੀ ਗੁਰਵਿੰਦਰ ਮਾਨ ਤੋਂ ਜਦੋਂ ਮੈਨੂੰ ਇਹ ਨਿਊਜ਼ ਦਾ ਪਤਾ ਲੱਗਿਆ ਤੇ ਉਹਨਾਂ ਤੋਂ ਉਹਨਾਂ ਨੇ ਮੈਨੂੰ ਕਿਹਾ ਵੀ ਤੂੰ ਪਤਾ ਕਰ ਵੀ ਸੱਚ ਹੈ ਕਿ ਨਹੀਂ। ਜਦੋਂ ਪਤਾ ਕੀਤਾ ਵੀ ਇਹਨਾਂ ਦੇ ਮਰੀਜ਼ ਬਹੁਤ ਜ਼ਿਆਦਾ ਬਿਮਾਰ ਨੇ, ਉਹਨਾਂ ਨੂੰ ਦਾਖਲ ਕਰਵਾਇਆ ਤੇ 30,000 ਰੁਪਈਆ ਉਹਨਾਂ ਦੇ 42,000 ਰੁਪਈਏ ਦਾ ਜਿਹੜਾ ਦੂਜਾ ਸਮਾਨ ਲਿਆ ਕੇ ਜਿਹੜੇ ਘਰੇ ਵੇਖਿਆ ਨੇ ਸਮਾਨ ਹੈ ਨਹੀਂ ਸੀ, ਉਹ ਸਮਾਨ ਅਸੀਂ ਲਿਆ ਕੇ ਦੇਤਾ ਤੇ ਦੂਜਾ ਇਹਨਾਂ ਦੇ ਮਰੀਜ਼ਾਂ ਦੇ ਜਿਹੜਾ ਕੁਛ ਆਊਗਾ ਖਰਚਾ ਅਸੀਂ ਦੇਵਾਂਗੇ, ਜਿਹੜਾ ਠੀਕ ਆ ਇਲਾਜ ਚੱਲੂਗਾ। ਅਤੇ ਮੈਂ ਹੋਰ ਵੀ ਅਪੀਲ ਕਰਦਾ ਵੀ ਵੱਧ ਤੋਂ ਵੱਧ ਇਹਨਾਂ ਦੀ ਸੇਵਾ ਕੀਤੀ। 3 ਮੈਂਬਰ ਬਿਮਾਰ ਆ ਜੀ ਇਹਨਾਂ ਦੇ ਜਿਹਨਾਂ ਸ਼ੂਗਰ ਆ ਵੀ 500 ਤੋਂ ਮਾਤਾ ਨੂੰ ਵੀ 500 ਨੂੰ ਇੱਕ ਅੱਖਾਂ ਤੋਂ ਘੱਟ ਦੀਦਾ ਅਤੇ ਸਾਰਿਆਂ ਨੂੰ 500 ਤੋਂ ਉੱਪਰ ਹੀ ਆ। ਇੱਕ ਦੇ ਲੱਤ ਵਿਚਾਰੇ ਦੀ ਗਲੀ ਪਈ ਆ, ਕੰਮ ਹੁੰਦਾ ਨਹੀਂ ਉਹਨਾਂ ਤੋਂ ਜਿਹੜੇ ਦਾਖਲ ਕਰਵਾਏ ਆ। ਅਤੇ ਆ 11 ਸਾਲਾਂ ਦੀ ਬੱਚੀ ਹੈ ਜੀ, ਸਿਰਫ 11 ਸਾਲਾਂ ਦੀ, ਜਿਹੜੀ ਗੱਲ ਹੈ ਵੀ ਰੋਟੀ ਪਾਣੀ ਆਪ ਬਣਾਉਂਦੀ ਆ ਅਤੇ ਪਾਣੀ ਲਿਆਉਣਾ ਵੀ ਔਖਾ ਵੀ ਕਿੱਥੋਂ, ਅਤੇ ਆਹ ਸਾਰਾ ਸਮਾਨ ਹੈ ਬੱਚੀ ਦੇ ਵਾਸਤੇ ਲਿਆਉਂਦਾ ਵੀ ਜਿੰਨਾ ਪਿਆ ਇੱਥੇ। ਇਹਨਾਂ ਦੇ ਕਹਿਣਾ ਵੀ ਇਹਨਾਂ ਰਾਈ ਵੀਰਾਂ ਨੂੰ ਵੀ ਸਭ ਤੋਂ ਜਿਹੜੀ ਵੱਧ ਤੋਂ ਵੱਧ ਮਦਦ ਕਰਨਾ ਵੀ ਇਹਨਾਂ ਰਹਿਣ ਵਾਸਤੇ ਵੀ ਇਹਨਾਂ ਦਾ ਘਰ ਬਣਾ ਕੇ ਦੇਣ ਜਾਂ ਪਲਾਟ ਦਵਾ ਦੇਣ। ਬੱਚੇ ਕਿਰਾਏ 'ਤੇ ਬੈਠੇ ਆ, 600 ਰੁਪਈਆ ਕਿਰਾਇਆ ਮਹੀਨੇ ਦਾ ਵੀ ਜੋ ਬੈਠੇ ਆ ਇੱਥੇ, ਅਤੇ ਬਹੁਤ ਤੰਗੀ ਇਹਨਾਂ ਦੀ ਜਿਹੜੀ। ਗਿੱਦੜਬਾਹਾ ਸੇ ਸ਼ਕਤੀ ਜਿੰਦਲ ਕੀ ਰਿਪੋਰਟ। ਅਗਰ ਆਪਣੇ ਹਮਾਰੇ ਚੈਨਲ ਕੋ ਸਬਸਕ੍ਰਾਈਬ ਨਹੀਂ ਕੀਆ ਹੈ ਤੋ ਇਸੇ ਸਬਸਕ੍ਰਾਈਬ ਕਰ ਲੇਂ।